कांग्रेस पार्टी नू हलका फरीदकोट विच उस वेले बड़ा माल मिलिया जदों पिछले काफी लंबे समय तो श्रोमणी अकाली दल मिल के काम कर रहे मानप्रीत सिंह राइयां वाला ने अपनी जथेबंदी यूथ वेलफेयर सोसाइटी समेत कांग्रेस विच ज्वाइन दा ऐलान कर दिता। अकाली दल विच मानप्रीत सिंह वालों लंबे समय तक स्टेज बुलारे वजों भी सेवा निभाई जा रही सी, पर हुण पिंड राइयां वाला विच रखे एक समागम विच उन्हां ने कांग्रेस दा लड़ फड़ लिया ते अकाली दल नूं इसदा वड्डा खामियाजा भुगतना पै सकदा है। इत्थे वी दसना जरूरी बनदा है कि मानप्रीत सिंह पिछले करीब 7 सालां तों सुविधा सेंटर विच काम कर रहे सी, पर सरकार वालों उन्हां नूं बाहर दा रस्ता दिखा दिता गया जिस तों ओह काफी नाराज भी चलदे आ रहे सन। ਇਸੇ ਨਾਲ ਹੀ ਹਲਕਾ ਫਰੀਦਕੋਟ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਹਰਦੀਪ ਕਿੰਗਰਾ ਬਾਰੇ ਉਹਨਾਂ ਕਿਹਾ ਕਿ ਕਈ ਵਾਰ ਕੁਝ ਪਾਰਟੀ ਦੇ ਨੁਮਾਇੰਦੇ ਆਪਣੇ ਵਰਕਰਾਂ ਤੋਂ ਵੀ ਅਜਿਹਾ ਕੰਮ ਕਰਵਾ ਲੈਂਦੇ ਨੇ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਕਈ ਉਮੀਦਵਾਰ ਫਰੀਦਕੋਟ ਵਿੱਚ ਖੜੇ ਨੇ ਤੇ ਉਹਨਾਂ ਨੂੰ ਆਪਣਾ ਝਗੜਾ ਘਰ ਬੈਠ ਕੇ ਨਿਪਟਾਉਣਾ ਚਾਹੀਦਾ ਹੈ। ਅਕਾਲੀ ਦਲ ਸਭ ਤੋਂ ਵੱਡਾ ਰੋਲ ਸੀਗਾ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਇੱਕ ਦਫ਼ਤਰ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਜੋ ਕਿ ਫਰੀਦਕੋਟ ਸੁਵਿਧਾ ਸੈਂਟਰ ਦੇ ਵਿੱਚ ਮੁਲਾਜ਼ਮ ਸੀਗਾ। ਪਿਛਲੇ 7 ਸਾਲਾਂ ਤੋਂ ਇੱਕ ਸੀਟ ਤੇ ਬਹਿ ਕੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਡਿਊਟੀ ਕੀਤੀ ਅਤੇ ਹਮੇਸ਼ਾ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲਿਆ। ਮੁਲਾਜ਼ਮ ਹੋਣ ਦੇ ਨਾਂ ਤੇ ਵੀ ਮੈਂ ਅਕਾਲੀ ਦਲ ਦੇ ਜਿੰਨੇ ਵੀ ਯਾਨੀ ਕਿ ਸਾਡੇ ਫਰੀਦਕੋਟ ਹਲਕੇ ਦੇ ਜਿਹੜੇ ਕੈਂਡੀਡੇਟ ਆ ਜਾਂ ਹੋਰ ਵੀ ਆ ਉਮੀਦਵਾਰ ਆ ਜਾਂ ਹੋਰ ਵੀ ਅਕਾਲੀ ਦਲ ਦੇ ਵਰਕਰ ਸੀਗੇ ਉਹਨਾਂ ਦਾ ਸਾਥ ਦਿੱਤਾ। ਪਰ ਜਦੋਂ ਜੇ ਦੇਖੀਏ ਇੱਕ ਪਾਸੇ ਰੋਜੀ ਰੋਟੀ ਦਾ ਮਸਲਾ ਹੋਵੇ ਇਸ ਦੇ ਤਰ੍ਹਾਂ ਫਿਰ ਫੈਸਲਾ ਲੈਣਾ। ਮੇਰੀ ਨੌਲੇਜ 'ਚ ਨਹੀਂ ਕੀ ਹੋਇਆ, ਮੈਂ ਨਾ ਦੇਖਿਆ ਪਰ ਨਾ ਮੈਨੂੰ ਪਤਾ ਕਿ ਕਿੰਨੇ ਨਾਅਰੇਬਾਜ਼ੀ ਕੀਤੀ ਹੈ। ਇਲੈਕਸ਼ਨਾਂ 'ਚ ਇਹ ਵੀ ਹੋ ਜਾਂਦਾ ਕਈ ਵਾਰੀ ਵਿਰੋਧੀ ਵਾਲੇ 4 ਬੰਦੇ ਖੜ੍ਹੇ ਕਰਕੇ ਐਵੇਂ ਡਰਾਮੇਬਾਜ਼ੀ ਕਰ ਦਿੰਦੇ ਆ, ਇਸ ਕਰਕੇ ਹੋ ਜਾਂਦਾ। ਮੈਂ ਸਮਝਦਾ ਸਭ ਤੋਂ ਵੱਡਾ ਡਰਾਮਾ ਹੀ ਕੇਜਰੀਵਾਲ ਅੱਜ ਕੱਲ੍ਹ ਦੇ ਜ਼ਮਾਨੇ 'ਚ ਉਹਨਾਂ ਦੀ ਨਾਲੇ ਭਰਾਵੋ ਗੱਲ ਇਹ ਹੈ ਉਹਨਾਂ ਦੇ 4 ਕੈਂਡੀਡੇਟ ਖੜ੍ਹੇ ਆ ਝਾੜੂ ਵਾਲਿਆਂ ਦੀ ਗਰੁੱਪ ਦੇ। ਕਿੰਗਰਾ ਸਾਹਿਬ ਖੜ੍ਹੇ ਆ, ਗੁਰਦਿੱਤ ਸਿੱਖੋ ਖੜ੍ਹਾ, ਡਾਕਟਰ ਜੀਵਨਜੋਤ ਕੌਰ ਖੜ੍ਹੀ ਹੈ, ਇੱਕ ਬੀਬੀ ਗਿੱਲ ਖੜ੍ਹੀ ਹੈ। ਉਹਨਾਂ ਦਾ ਸਾਡੇ ਨਾਲ ਕੋਈ ਰੌਲਾ ਨਹੀਂ, ਆਪਸ 'ਚ ਹੀ ਰੌਲਾ ਹੈ, ਉਹ ਆਪਸ 'ਚ ਹੀ ਨਿਬੇੜ ਲੈਣ ਘਰੇ ਬਹਿ ਕੇ, ਸਾਡੇ ਨਾਲ ਤਾਂ ਉਹਨਾਂ ਦਾ ਕੋਈ ਰੌਲਾ। ਫਰੀਦਕੋਟ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਗੁਰਜੀਤ ਰਵਾਨਾ ਦੀ ਰਿਪੋਰਟ।